ਸ਼ਸ਼ੀ ਕਾਲ ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਪਿਛਲੇ ਲੈਕਚਰ ਰੀਜਨਿੰਗ ਪਾਰਟ 1 ਦੇ ਵਿੱਚ ਆਪਾਂ ਪਹਿਲੇ 10 ਕੁਐਸਚਨ ਜਿਹੜੇ ਉਹ ਇਸ ਪੇਪਰ ਦੇ ਹੱਲ ਕਰ ਲਏ ਸੀ ਅੱਗੇ ਆਪਾਂ ਹੁਣ ਹੱਲ ਕਰਾਂਗੇ ਅਗਲੇ ਕੁਐਸਚਨ 11ਵੇਂ ਕੁਐਸਚਨ ਤੋਂ ਲੈ ਕੇ ਮੈਨੂੰ ਉਮੀਦ ਆ ਵੀ ਤੁਸੀਂ ਪਹਿਲਾਂ ਵਾਲੇ ਕੁਐਸਚਨ ਸਮਝ ਲੈ ਹੋਣਗੇ ਤੇ ਕੁਝ ਉਹਦੇ ਨਾਲ ਦੇ ਕੁਐਸਚਨ ਕਿਸੇ ਬੁੱਕ ਦੇ ਵਿੱਚੋਂ ਕਰਕੇ ਵੀ ਵੇਖੇ ਹੋਣਗੇ ਤਾਂ ਆਪਾਂ ਅੱਗੇ ਕਰਦੇ ਹਾਂ ਜੇਕਰ ਪਲੱਸ ਦਾ ਮਤਲਬ 11ਵਾਂ ਕੁਐਸਚਨ ਜੇਕਰ ਪਲੱਸ ਦਾ ਮਤਲਬ ਭਾਗ ਮਾਈਨਸ ਦਾ ਮਤਲਬ ਗੁਣਾ ਭਾਗ ਦਾ ਮਤਲਬ ਪਲੱਸ ਅਤੇ ਗੁਣਾ ਦਾ ਮਤਲਬ ਮਾਈਨਸ ਹੋਵੇ ਤਾਂ 36 12 4 6 2 3 ਚਾਰ ਆਪਸ਼ਨ ਦਿੱਤੀਆਂ ਆਪਾਂ ਨੂੰ ਇਹਨਾਂ ਦੇ ਵਿੱਚੋਂ ਕੀ ਦਾ ਹੋਊਗਾ ਕਿਹਦੇ ਬਰਾਬਰ ਹੋਊਗਾ ਇਹ ਇਹ ਆਪਾਂ ਹੱਲ ਕਰਦੇ ਹਾਂ ਕੋਮਨ ਕੁਐਸਚਨ ਹੈ ਜੇਕਰ ਪਲੱਸ ਦਾ ਮਤਲਬ ਭਾਗ ਮਾਈਨਸ ਦਾ ਮਤਲਬ ਗੁਣਾ ਹੋਵੇ ਭਾਗ ਦਾ ਮਤਲਬ ਪਲੱਸ ਤੇ ਗੁਣਾ ਦਾ ਮਤਲਬ ਮਾਈਨਸ ਹੋਵੇ ਤਾਂ ਆਪਾਂ ਇਸ ਚੀਜ਼ ਦਾ ਮੁੱਲ ਪਤਾ ਕਰਨਾ ਤਾਂ ਪਹਿਲਾਂ ਆਪਾਂ ਨਿਸ਼ਾਨੀਆਂ ਬਦਲਾਂਗੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਕੰਮ ਕਰਨਾ ਹੈ ਗੁਣਾ ਦੇ ਥਾਂ ਤੇ ਆਪਾਂ ਮਾਈਨਸ ਦੀ ਨਿਸ਼ਾਨੀ ਲਗਤੀ ਭਾਗ ਦੀ ਠੀਕ ਹੈ ਜੋੜ ਦੀ ਥਾਂ ਤੇ ਆਪਾਂ ਭਾਗ ਦੀ ਭਾਗ ਦੀ ਥਾਂ ਤੇ ਆਪਾਂ ਜੋੜ ਦੀ ਠੀਕ ਹੈ ਪਲੱਸ ਦੀ ਥਾਂ ਤੇ ਫਿਰ ਭਾਗ ਦੀ ਮਾਈਨਸ ਦੀ ਥਾਂ ਤੇ ਆਪਾਂ ਗੁਣਾ ਦੀ ਇਸ ਦੇ ਹਿਸਾਬ ਨਾਲ ਆਪਾਂ ਨਿਸ਼ਾਨੀਆਂ ਚੇਂਜ ਕਰਤੀਆਂ ਜਦੋਂ ਇਹੋ ਜਿਹਾ ਕੁਐਸਚਨ ਆਉਂਦਾ ਤਾਂ ਆਪਾਂ ਇਹ ਚੀਜ਼ ਭੁੱਲਣੀ ਨਹੀਂ ਹੈ ਇਹ ਆਪਾਂ ਲਾਉਣਾ ਹੁੰਦਾ ਹੈ ਬੋਡਮਾਸ ਪਹਿਲਾਂ ਆਪਾਂ ਜੇ ਕੋਈ ਬ੍ਰੈਕਟ ਹੈ ਤਾਂ ਬ੍ਰੈਕਟ ਹੱਲ ਕਰਾਂਗੇ ਉਸ ਤੋਂ ਬਾਅਦ ਡਿਵੀਜ਼ਨ ਮਲਟੀਪਲੀਕੇਸ਼ਨ ਐਡੀਸ਼ਨ ਤੇ ਸਬਟ੍ਰੈਕਸ਼ਨ ਪਹਿਲਾਂ ਬ੍ਰੈਕਟ ਫਿਰ ਭਾਗ ਫਿਰ ਗੁਣਾ ਫਿਰ ਜੋੜ ਫਿਰ ਘਟਾ ਹੁਣ ਆਪਾਂ ਪਹਿਲਾਂ ਭਾਗ ਹੱਲ ਕਰਦੇ ਹਾਂ 36 ਭਾਗ ਕਰੀ 12 ਨੂੰ 4 ਨਾਲ ਭਾਗ ਕੀਤੀ ਨਹੀਂ ਆ ਗਈ 3 ਉਸ ਤੋਂ ਬਾਅਦ ਪਲਾਸ ਹੀ ਨਹੀਂ ਹੰਨੀ ਆ 6 ਨੂੰ 2 ਨਾਲ ਭਾਗ ਕੀਤੀ ਇਨੋਂ ਵੱਨਯੂ 3 ਇੱਥੇ ਆਪਣੇ ਕੋਲ ਕੀ ਹੈ ਗੁਣਾ ਠੀਕ ਹੈ ਹੁਣ ਆਪਾਂ ਕੀ ਹੱਲ ਕਰਨੀ ਹੈ ਗੁਣਾ ਹੱਲ ਕਰਨੀ ਹੈ ਗੁਣਾ ਹੱਲ ਕਰੋ ਬਾਕੀ ਨੂੰ ਇਹੀ ਰੱਖੋ 36 3 3 ਉਹਦੀ ਅਗਨੇ ਹੋ ਗਏ 9 ਹੁਣ ਆਪਾਂ ਕੀ ਗੱਲ ਕਰਨਾ ਬੇਟਾ ਜੋੜ 36 ਤੇ 9 45 39 ਜੋ 3 ਗੱਡੇ 42 ਤਾਂ ਆਪਣੇ ਕੋਲ 42 ਹੈ ਉਹ ਕੀ ਹੋਊਗੀ ਇਹਦੀ ਸਹੀ ਆਪਸ਼ਨ ਹੋਊ ਤਾਂ ਸੋਲਵ ਕਰਕੇ ਆਪਾਂ ਨੂੰ ਕੀ ਪਤਾ ਲੱਗਿਆ ਇਹਦੇ ਲਈ ਸਹੀ ਆਪਸ਼ਨ ਕਿਹੜੀ ਹੈ 42 ਇਹਦੇ ਲਈ ਸਹੀ ਆਪਸ਼ਨ ਹੈ ਅਗਲਾ ਕੁਐਸਚਨ ਜੇਕਰ l ਦਾ ਮਤਲਬ ਪਲੱਸ m ਦਾ ਮਤਲਬ ਮਾਈਨਸ n ਦਾ ਮਤਲਬ ਗੁਣਾ ਤੇ p ਦਾ ਮਤਲਬ ਭਾਗ ਹੋਵੇ ਤਾਂ ਇਹਦਾ ਮਤਲਬ ਪਤਾ ਕਰਨਾ ਜਿਹੜਾ ਆਪਾਂ ਦੇਖੋ ਜਿੱਥੇ n ਲਿਖਿਆ ਉਥੇ ਆਪਾਂ ਗੁਣਾ ਲਿਖਾਂਗੇ ਜਿੱਥੇ l ਲਿਖਿਆ ਉਥੇ ਆਪਾਂ ਪਲੱਸ ਲਿਖਾਂਗੇ ਜਿੱਥੇ p ਲਿਖਿਆ ਉਥੇ ਆਪਾਂ ਭਾਗ ਲਿਖਾਂਗੇ ਜਿੱਥੇ ਐਮ ਲਿਖਿਆ ਉਥੇ ਆਪਾਂ ਮਾਈਨਸ ਪਹਿਲਾਂ ਤਾਂ ਆਪਾਂ 12ਵੇਂ ਕੁਐਸਚਨ ਨੂੰ 11ਵੇਂ ਕੁਐਸਚਨ ਵਰਗਾ ਹੀ ਬਣਾਉਣਾ ਹੈ ਨਿਸ਼ਾਨੀਆਂ ਵਿੱਚ ਤੁਸੀਂ ਉਹਨਾਂ ਐਨ ਦੀ ਥਾਂ ਤੇ ਗੁਣਾ ਦੀ ਐਲ ਦੀ ਥਾਂ ਤੇ ਪਲੱਸ ਦੀ ਉਹ ਸਾਰੀਆਂ ਭਰ ਦੋਗੇ ਇਹਨੂੰ ਵੀ ਫਿਰ ਆਪਾਂ ਕੀ ਕਰਦੇ ਹਾਂ ਹੱਲ ਕਰਦੇ ਹਾਂ ਚਾਰ ਆਪਸ਼ਨਾਂ ਦੇ ਵਿੱਚੋਂ ਦੇਖਦੇ ਹਾਂ ਵੀ ਕਿਹੜੀ ਆਪਸ਼ਨ ਇਹਦੇ ਵਿੱਚ ਸਹੀ ਹੋਵੇਗੀ 14 ਇਹਨਾਂ ਦਾ ਇਹਨਾਂ ਦਾ ਮਤਲਬ ਇਹਨਾਂ ਦਿੱਤਾ ਆਪਾਂ ਨੂੰ ਗੁਣਾ ਗੁਣਾ ਬਾਤੀ ਤੇ ਅੱਗੇ ਐਲ ਦਾ ਮਤਲਬ ਆਪਾਂ ਨੂੰ ਪਲੱਸ ਦਿੱਤਾ ਹੈ ਇੱਥੇ ਪੀ ਦਾ ਮਤਲਬ ਹੋ ਆਪਾਂ ਨੂੰ ਭਾਗ ਤੇ ਨਮ ਦਾ ਮਤਲਬ ਹੋ ਆਪਾਂ ਨੂੰ ਮਾਈਨਸ ਆਪਰੇਟਿਓ ਤਾਂ ਸਭ ਤੋਂ ਪਹਿਲਾਂ ਪਕੀ ਸੋਲਵ ਕਰਾਂਗੇ ਬਰੈਕਟ ਹੈ ਨਹੀਂ ਜਾਂ ਬਾਰ ਵੀ ਹੈ ਨਹੀਂ ਬਰੈਕਟ ਹੈ ਨਹੀਂ ਤਾਂ ਪਕੀ ਸੋਲਵ ਕਰਾਂਗੇ ਭਾਗ ਭਾਗ ਸੋਲਵ ਕੀਤੀ 42 ਨੂੰ ਦੋਨੋਂ ਭਾਗ ਕਰਤਾ ਕਿੰਨਾ ਆ ਗਿਆ 21 ਆ ਜੂਗਾ ਅਗਲੇ ਅਗਲੇ ਸਟੱਪ 'ਚ ਦੇਖੋ 14 10 21 8 ਹੁਣ ਆਪਾਂ ਕਿਹਨੂੰ ਗੁਣਾ ਕਰਨੀ ਆ ਗੁਣਾ ਗੁਣਾ ਦੀ ਨੂੰ ਹੱਲ ਕਰਨਾ ਭਾਗ ਆ ਪਹਿਲ ਕਰ ਲਈ ਤਾਂ 140 30 98 ਇਸਟੇਜ ਲਿਖੋ ਹੁਣ ਜੋੜ 140 ਦੇ ਵਿੱਚ 21 ਜੋੜ 161 161 ਦੇ ਵਿੱਚੋਂ 8 ਘਟਾਈ 153 ਆਪਣਾ ਕੀ ਹੈ ਸਹੀ ਅਨਸਰ 153 ਹੈ ਹੱਲ ਕੀਤਾ ਦੇਖਿਆ ਇਹਦੇ ਲਈ ਉੱਤਰ ਕਿੰਨਾ ਸਹੀ ਹੈ 153 ਇਹਦੇ ਲਈ ਸਹੀ ਅਨਸਰ ਹੈ ਅਗੇ 13ਵਾਂ ਕੁਐਸਚਨ ਜੇਕਰ ਪਲੱਸ ਦਾ ਮਤਲਬ ਭਾਗ ਭਾਗ ਦਾ ਮਤਲਬ ਮਾਈਨਸ ਮਾਈਨਸ ਦਾ ਮਤਲਬ ਗੁਣਾ ਗੁਣਾ ਦਾ ਮਤਲਬ ਪਲੱਸ ਹੋ ਗਈ ਤਾਂ ਇਹਦਾ ਮੁੱਲ ਪਤਾ ਕਰਨਾ ਇਹ ਮੈਂ ਕੁਐਸਚਨ ਤੁਹਾਡੇ ਤੇ ਛੱਡਦਾ ਤੁਸੀਂ ਇਹਨੂੰ ਆਪ ਹੱਲ ਕਰਨਾ ਪਹਿਲਾਂ ਜਿੱਥੇ ਪਲੱਸ ਹੈ ਉੱਥੇ ਤੁਸੀਂ ਭਾਗ ਨਹੀਂ ਆ ਨਹੀਂ ਲਿਖਣੀ ਹੈ ਜਿੱਥੇ ਭਾਗ ਲਿਖਿਆ ਹੋਇਆ ਰਕਮ ਦੇ ਵਿੱਚ ਉੱਥੇ ਤੁਸੀਂ ਮਾਈਨਸ ਜਿੱਥੇ ਮਾਈਨਸ ਲਿਖਿਆ ਰਕਮ ਦੇ ਵਿੱਚ ਉੱਥੇ ਤੁਸੀਂ ਗੁਣਾ ਤੇ ਜਿੱਥੇ ਗੁਣਾ ਲਿਖਿਆ ਉੱਥੇ ਤੁਸੀਂ ਪਲੱਸ 11ਵਾਂ ਕੁਐਸਚਨ ਵਰਗਾ ਜਦੋਂ ਬਣ ਗਿਆ ਤੁਸੀਂ ਇਹਨੂੰ ਕੀ ਕਰਨਾ ਹੱਲ ਤਾਂ ਇਹ ਦੇ ਲਈ ਜੇ ਤੁਸੀਂ ਹੱਲ ਕਰੋਗੇ ਇਹਦੇ ਲਈ ਸਹੀ ਉੱਤਰ ਹੈ ਜਿਹੜਾ ਉਹ 4 ਆਏਗਾ ਤੁਸੀਂ ਹੱਲ ਕਰਕੇ ਦੇਖਣਾ ਵਿਚਾਰ ਆਉਂਦਾ ਜਾਂ ਨਹੀਂ ਆਉਂਦਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀ ਆਇਆ ਜਾਂ ਨਹੀਂ ਆਇਆ ਜੇ ਤੁਸੀਂ ਹੱਲ ਕਰੋਗੇ ਤਾਂ ਚਲੋ ਆਪ ਅੱਗੇ ਕੁਐਸਚਨ ਕਰਦੇ ਆਪਾਂ 14ਵਾਂ ਕੁਐਸਚਨ ਦੇਖੋ ਕਾਫੀ ਇੰਟਰਸਟਿੰਗ ਹੈ 14ਵਾਂ ਕੁਐਸਚਨ ਇਹੋ ਜਿਹਾ ਕੁਐਸਚਨ ਅਕਸਰ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ ਇਹ ਨਹੀਂ ਮਿਲੂਗਾ ਇਹਦੇ ਨਾਲ ਦਾ ਹੋਊਗਾ ਕੋਈ ਕੁਐਸਚਨ 14ਵਾਂ ਕੁਐਸਚਨ ਹੈ ਜਿਵੇਂ ਜੇਕਰ ਗਾਂ ਨੂੰ ਬੱਕਰੀ, ਬੱਕਰੀ ਨੂੰ ਸ਼ੇਰ, ਸ਼ੇਰ ਨੂੰ ਕੁੱਤਾ, ਕੁੱਤੇ ਨੂੰ ਸੱਪ ਅਤੇ ਸੱਪ ਨੂੰ ਹਾਥੀ ਕਿਹਾ ਜਾਵੇ ਤਾਂ ਜੰਗਲ ਦਾ ਰਾਜਾ ਕਿਸ ਨੂੰ ਕਿਹਾ ਜਾਵੇਗਾ ਦੇਖੋ ਜੰਗਲ ਦਾ ਰਾਜਾ ਵੈਸੇ ਆਪਾਂ ਛੋਟੀਆਂ ਗਲਾਸਾਂ 'ਚ ਪੜ੍ਹਦੇ ਹਾਂ ਕਵਿਤਾਵਾਂ ਦੇ ਵਿੱਚ ਜਾਂ ਕਿਤੇ ਵੀ ਆਪਾਂ ਪੜ੍ਹਦੇ ਹਾਂ ਤਾਂ ਜੰਗਲ ਦਾ ਰਾਜਾ ਆਪਾਂ ਕਿਹਨੂੰ ਕਹਿੰਦੇ ਹੁੰਨੇ ਆ ਸ਼ੇਰ ਨੂੰ ਹੁਣ ਦੇਖੋ ਉੱਪਰਲੀ ਜਿਹੜੀ ਆਪਾਂ ਨੂੰ ਸਟੇਟਮੈਂਟ ਦਿੱਤੀ ਆ ਉਹਦੇ ਵਿੱਚ ਕੀ ਲਿਖਿਆ ਹੋਇਆ ਸ਼ੇਰ ਨੂੰ ਕੁੱਤਾ ਤਾਂ ਫਿਰ ਜੰਗਲ ਦਾ ਰਾਜਾ ਆਪਾਂ ਕਿਹਨੂੰ ਕਹਾਗੇ ਉਦੋਂ ਆਪਾਂ ਸ਼ੇਰ ਨੂੰ ਕਹਨੇ ਆ ਪਰ ਇਹਨਾਂ ਨੇ ਕਿਹਾ ਵੀ ਸ਼ੇਰ ਨੂੰ ਕੀ ਕਹਨੇ ਆ ਆਪਾਂ ਕੁੱਤਾ ਤਾਂ ਜੰਗਲ ਦਾ ਰਾਜਾ ਕਿਹੜਾ ਹੋਊਗਾ ਫਿਰ ਕੁੱਤਾ ਹੋਵੇਗਾ ਇਹਦੇ ਲਈ ਚੌਥੀ ਆਪਸ਼ਨ ਸਹੀ ਹੈ ਠੀਕ ਹੈ ਬੱਚਿਓ ਸਮਝ ਲਿਆ ਹੁਣ ਕਾਫੀ ਆਸਾਨ ਕੁਐਸਚਨ ਸੀ ਅੱਗੇ 15ਵਾਂ ਕੁਐਸਚਨ ਅੰਗਰੇਜ਼ੀ ਸ਼ਬਦ ਕੋਸ਼ ਅਨੁਸਾਰ ਕਿਹੜਾ ਸ਼ਬਦ ਆ ਜਿਹੜਾ ਸਭ ਤੋਂ ਪਹਿਲਾਂ ਆਵੇਗਾ ਹੁਣ ਅੰਗਰੇਜ਼ੀ ਸ਼ਬਦ ਕੁਝ ਮਤਲਬ ਡਿਕਸ਼ਨਰੀ ਆਰਡਰ ਬੋਲਦੇ ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਜਿਵੇਂ ABC D Z ਤੱਕ ਆਪ ਲਿਖਦੇ ਆ ਏ ਜਿਹੜਾ ਉਹ ਸਭ ਤੋਂ ਪਹਿਲ ਤੇ ਹੁੰਦਾ ਹੈ ਬੀ ਦੂਜੇ ਨੰਬਰ ਤੇ ਸੀ ਤੀਜੇ ਨੰਬਰ ਤੇ ਐਵੇਂ ਜੇ ਆਪਾਂ ਦੇਖੀਏ ਏ ਬੀ ਸੀ ਤੇ ਨੱਖਰ ਦਿੱਤੇ ਆ ਆਪਾਂ ਦੇਖਣਾ ਹੋਵੇ ਵੀ ਕਿਹੜਾ ਸਭ ਤੋਂ ਪਹਿਲਾਂ ਆਵੇਗਾ ਤਾਂ ਪਤਾ ਹੀ ਹੈ ਨਾ ਆਪਾਂ ਨੂੰ ਸਭ ਤੋਂ ਪਹਿਲਾਂ ਕਿਹੜਾ ਆਏਗਾ ਏ ਆਏਗਾ ਇਸੇ ਤਰ੍ਹਾਂ ਹੀ ਆਪਣੇ ਕੋਲ ਜਿਹੜੇ ਚਾਰ ਵਰਡ ਦਿੱਤੇ ਹੋਏ ਨੇ ਇਹਨਾਂ ਦੇ ਵਿੱਚੋਂ ਆਪਾਂ ਦੱਸਾਂਗੇ ਵੀ ਸਭ ਤੋਂ ਪਹਿਲਾਂ ਕਿਹੜਾ ਆਵੇਗਾ ਪਹਿਲਾਂ ਤੁਸੀਂ ਉਹਦਾ ਪਹਿਲਾ ਅੱਖਰ ਚੈੱਕ ਕਰੋਗੇ ਵੀ ਜੇ ਉਹ ਬਰਾਬਰ ਆ ਫਿਰ ਦੂਜਾ ਚੈੱਕ ਕਰੋਗੇ ਜੇ ਉਹ ਵੀ ਬਰਾਬਰ ਆ ਫਿਰ ਤੀਜਾ ਰਹਿਮੀ ਚੌਥਾ ਜੇ ਪਹਿਲਾ ਅੱਖਰ ਹੀ ਮਤਲਬ ਅਡੜਨੇ ਸਾਰਿਆਂ ਦੀ ਜਿਹੜਾ ਸਭ ਤੋਂ ਪਹਿਲੇ ਅੱਖਰ ਦਾ ਪਹਿਲਾ ਅੱਖਰ ਪਹਿਲਾਂ ਹੋਊਗਾ ਉਹੀ ਸਭ ਤੋਂ ਪਹਿਲਾਂ ਆ ਸਕੇ ਜਿਵੇਂ ਆਪਾਂ ਇਹਦੇ ਵਿੱਚ ਚੈੱਕ ਕਰਦੇ ਆਂ ਦੇਖੋ ਸਾਰਿਆਂ ਦੇ ਵਿੱਚ ਪਹਿਲਾ ਅੱਖਰ ਕੀ ਹੈ ਸੀ ਹੈ ਸਾਰਿਆਂ ਵਿੱਚ ਦੇਖੋ ਇਹਦੇ ਵਿੱਚ ਵੀ ਸੀ ਹੈ ਇਹਦੇ ਵਿੱਚ ਵੀ ਸੀ ਹੈ ਇਹਦੇ ਵਿੱਚ ਵੀ ਸੀ ਇਹਦੇ ਵਿੱਚ ਵੀ ਸੀ ਅਗਲਾ ਅੱਖਰ ਸਾਰਿਆਂ ਦੇ ਵਿੱਚ ਕੀ ਹੈ ਐਚ ਇਹਦੇ ਵਿੱਚ ਵੀ ਸਾਰਿਆਂ ਦੇ ਵਿੱਚ ਐਚ ਹੈ ਉਦੋਂ ਅਗਲਾ ਏ ਹੈ ਸਾਰਿਆਂ 'ਚ ਹੀ ਏ ਹੈ ਠੀਕ ਹੈ ਹੁਣ ਜਿਹੜੀ ਲਾਸਟ ਰਹਿ ਗਿਆ ਆਪਣੇ ਕੋਲੇ ਹੁਣ ਆਪਣੇ ਕੋਲੇ ਕਿਹੜਾ ਬਚਿਆ ਚੌਥਾ ਅੱਖਰ ਚੌਥਾ ਅੱਖਰ ਦੱਸੂਗਾ ਵੀ ਕਿਹੜਾ ਸਭ ਤੋਂ ਪਹਿਲਾਂ ਆਊਗਾ ਜਾਂ ਬਾਅਦ ਚਾਊਗਾ ਹੁਣ ਚੌਥਾ ਇਹਦੇ ਲਈ ਚੌਥਾ ਅੱਖਰ ਕਿਹੜਾ ਹੈ ਵੀ ਆਈ ਇਹਦੇ ਲਈ ਐਮ ਇਹਦੇ ਲਈ ਈ ਇਹਦੇ ਲਈ ਆਰ ਹੁਣ ਦੇਖੋ ਕਿਹੜਾ ਪਹਿਲਾਂ ਆਉਂਦਾ ਆਈ ਆਉਂਦਾ ਹੈ ਕਿ ਐਮ ਆਉਂਦਾ ਈ ਆਉਂਦਾ ਕਿ ਆਰ ਆਉਂਦਾ ਦੇਖੋ ਇੰਗਲਿਸ਼ ਅਲਫਾਬੈਟ ਦੇ ਵਿੱਚ ਸਭ ਤੋਂ ਪਹਿਲਾਂ ਅੱਖਰ ਇਹਨਾਂ ਦੇ ਵਿੱਚੋਂ ਕਿਹੜਾ ਹੁੰਦਾ ਆਈ ਐਮ ਆਰ ਕਿ ਈ ਤਾਂ ਕਿਹੜਾ ਆਉਂਦਾ ਬੱਚੋ ਈ ਅੱਖਰ ਇਹਦਾ ਸਭ ਤੋਂ ਪਹਿਲਾ ਹੁੰਦਾ ਹੈ ਤਾਂ ਈ ਅੱਖਰ ਪਹਿਲਾ ਹੁੰਦਾ ਤਾਂ ਫਿਰ ਜਿਹਦੇ ਵਿੱਚ ਈ ਹੈ ਉਹੀ ਅੱਖਰ ਸਭ ਤੋਂ ਪਹਿਲਾਂ ਆਏਗਾ ਤਾਂ ਇਹਦੇ ਲਈ ਚੌਥੀ ਆਪਸ਼ਨ ਹੈ ਜਿਹੜੀ ਉਹ ਸਹੀ ਹੈ ਇੰਗਲਿਸ਼ ਸ਼ਬਦ ਕੋਸ਼ ਅਨੁਸਾਰ ਜਿਹੜੀ ਚੌਥੀ ਆਪਸ਼ਨ ਹੈ ਚੌਥੀ ਆਪਸ਼ਨ ਵਾਲਾ ਇਹਦਾ ਵਰਡ ਲਿਖਿਆ ਹੈ ਉਹ ਸਭ ਤੋਂ ਪਹਿਲਾਂ ਆਏਗਾ ਕਿਉਂਕਿ ਇਹਦੇ ਵਿੱਚ ਈ ਹੈ ਜਿਹੜੀ ਉਹ ਸਭ ਤੋਂ ਪਹਿਲਾਂ ਹੁੰਦੀ ਹੈ ਆਈ ਨਾਲੋਂ ਵੀ ਐਮ ਨਾਲੋਂ ਵੀ ਤੇ ਆਰ ਨਾਲੋਂ ਵੀ ਕਲੀਅਰ ਅਗਲਾ ਕੁਐਸਚਨ 16ਵਾਂ ਅੰਗਰੇਜ਼ੀ ਸ਼ਬਦ ਕੋਸ਼ ਅਨੁਸਾਰ ਕਿਹੜਾ ਸ਼ਬਦ ਚੌਥੇ ਸਥਾਨ ਤੇ ਆਏਗਾ ਹੁਣ ਚੌਥੇ ਸਥਾਨ ਤੇ ਦੱਸਣਾ ਪਹਿਲਾਂ ਪਹਿਲੇ ਤੇ ਦੱਸਿਆ ਸੀ ਹੁਣ ਆਪਾਂ ਚੌਥੇ ਸਥਾਨ ਤੇ ਦੱਸਾਂਗੇ ਵੀ ਕਿਹੜਾ ਐਂਡ ਤੇ ਆਊਗਾ ਇਹਨਾਂ ਚਾਰਾਂ ਚੋਂ ਦੇਖੋ ਪਹਿਲਾ ਵਾਂਗੂ ਹੀ ਚੱਕਰਾਂਗੇ ਪਹਿਲਾ ਅੱਖਰ ਸਾਰਿਆਂ 'ਚ ਈ ਹੈ ਐਕਸਪ੍ਰੈਸ ਦੇ ਵਿੱਚ ਵੀ ਈ ਹੈ ਐਕਸਪੈਂਡ ਦੇ ਵਿੱਚ ਵੀ ਐਕਸਟੈਂਡ ਦੇ ਵਿੱਚ ਵੀ ਐਕਸਪਾਇਰ ਦੇ ਵਿੱਚ ਵੀ ਸਾਰਿਆਂ ਦੇ ਵਿੱਚ ਪਹਿਲਾ ਈ ਹੈ ਦੂਜਾ ਵੀ ਸੇਮ ਹੈ ਐਕਸ ਹੈ ਤੀਜਾ ਦੇਖੋ ਤੀਜਾ ਸੇਮ ਹੈ ਤੀਜੇ ਦੇ ਵਿੱਚ ਵੀ ਪੀ ਇਹਦੇ ਵਿੱਚ ਵੀ ਪੀ ਇਹਦੇ ਵਿੱਚ ਵੀ ਪੀ ਪਰ ਇਹਦੇ ਵਿੱਚ ਕੀ ਆ ਗਿਆ ਟੀ ਆ ਗਿਆ ਦੇਖੋ ਪੀ ਵਾਲੇ ਤਾਂ ਦਿਨੇ ਇੱਕੋ ਜਿਹੇ ਹੋ ਗਏ ਤੀਜੇ ਅੱਖਰ ਦੇ ਹਿਸਾਬ ਨਾਲ ਪਹਿਲੀ ਆਪਸ਼ਨ ਤੀਜੀ ਆਪਸ਼ਨ ਤੇ ਚੌਥੀ ਆਪਸ਼ਨ ਇੱਕੋ ਜਿਹੇ ਹੋ ਗਏ ਤਾਂ ਇੱਕੋ ਸਥਾਨ ਤੇ ਆਉਣਗੇ ਪਹਿਲੇ ਤੇ ਨੱਖਰੇ ਹਿਸਾਬ ਨਾਲ ਪਰ ਜਿਹੜੀ ਦੂਜੀ ਆਪਸ਼ਨ ਹੈ ਉਹਦੇ ਵਿੱਚ ਦੇਖੋ ਇਹਦੇ ਵਿੱਚ ਇਹਦੇ ਵਿੱਚ ਕੀ ਆ ਤੀਜਾ ਅੱਖਰ ਕੀ ਹੈ ਟੀ ਹੁਣ ਜਿਹੜਾ ਪੀ ਹੈ ਪੀ ਪਹਿਲਾ ਆਉਂਦਾ ਜਿਹੜਾ ਟੀ ਆ ਉਹ ਬਾਅਦ ਚ ਆਉਂਦਾ ਤਾਂ ਆਪਾਂ ਬਾਅਦ ਵਾਲੀ ਦੇਖਣਾ ਨਾ ਕਸਟੈਂਡ ਆ ਜਿਹੜਾ ਇਹਨਾਂ ਦੇ ਵਿੱਚੋਂ ਸਭ ਤੋਂ ਬਾਅਦ ਆਏਗਾ ਮਤਲਬ ਚੌਥੇ ਨੰਬਰ ਤੇ ਇਹ ਆਏਗਾ ਤਾਂ ਇਹਦੇ ਲਈ ਆਪਾਂ ਕੀ ਲਿਖਾਂਗੇ ਅੰਗਰੇਜ਼ੀ ਸ਼ਬਦਾਂ ਸ ਕੋਸ਼ ਅਨਸਾਰ ਇਹਨਾਂ ਦੇ ਵਿੱਚੋਂ ਜਿਹੜੀ ਦੂਜੀ ਆਪਸ਼ਨ ਹੈ ਇਹ ਅੱਖਰ ਆ ਏ ਵਰਡ ਆ ਜਿਹੜਾ ਇਹ ਚੌਥੇ ਸਥਾਨ ਤੇ ਆਵੇਗਾ ਕਲੀਅਰ ਅਗਲਾ ਕੁਐਸਚਨ ਆਪਾਂ ਦੇਖਦੇ ਹਾਂ 17ਵਾਂ ਕੁਐਸਚਨ ਪਹਿਲਾਂ ਧਿਆਨ ਨਾਲ ਕੁਐਸਚਨ ਨੂੰ ਪੜ੍ਹਨਾ ਫਿਰ ਆਪਾਂ ਹੱਲ ਕਰਾਂਗੇ ਨਿਰਦੇਸ਼ ਦਿੱਤੇ ਹੋਏ ਨੇ ਦੋ ਕੁਐਸਚਨ ਇਹਦੇ ਬੇਸ ਤੇ ਧਰਮ ਅਤੇ ਧਰਮ ਵਿੱਚ ਨਿਸ਼ਾਨ ਬਣਿਆ ਹੋਇਆ ਕਹਿੰਦੇ ਇੱਕ ਦੋ ਬਿੰਦੂ ਜੇ ਲਾਏ ਹੋਏ ਆ ਦੇ ਖੱਬੇ ਪਾਸੇ ਸ਼ਬਦਾਂ ਅੱਖਰਾਂ ਵਿਚਾਲੇ ਸਬੰਧ ਅਨੁਸਾਰ ਨਿਸ਼ਾਨ ਦੇ ਸੱਜੇ ਪਾਸੇ ਉਸੇ ਤਰ੍ਹਾਂ ਦਾ ਸਬੰਧ ਸਥਾਪਤ ਕਰਕੇ ਸਹੀ ਵਿਕਲਪ ਦੀ ਚੋਣ ਕਰੋ ਦੇਖੋ ਜਿਹੜੇ ਖੱਬੇ ਪਾਸੇ ਸ਼ਬਦ ਦਿੱਤੇ ਹੋਏ ਨੇ ਉਹਦਾ ਸੱਜੇ ਪਾਸੇ ਸ਼ਬਦ ਦਿੱਤਾ ਉਹਦੇ ਨਾਲ ਕੋਈ ਕਨੈਕਸ਼ਨ ਹੈ ਉਸ ਤੋਂ ਬਾਅਦ ਜਿਹੜਾ ਅੱਗੇ ਦਿੱਤਾ ਆਪਾਂ ਉਹੇ ਜਿਹਾ ਕਨੈਕਸ਼ਨ ਲੱਭ ਕੇ ਉਸ ਤੋਂ ਅਗਲੇ ਨੂੰ ਆਪਾਂ ਆਪ ਬਣਾਉਣਾ ਤਾਂ ਬੱਸ ਦੱਸਣਾ ਕੁਐਸਚਨ ਮਾਰਕ ਕੀ ਤਾਂ ਤੇ ਕੀ ਆਊਗਾ ਮਤਲਬ 23 ਤੋਂ ਕਿਸੇ ਹਿਸਾਬ ਨਾਲ 49 ਬਣਾਇਆ ਹੋਇਆ ਹੈ ਜਿਵੇਂ 23 ਤੋਂ 49 ਬਣਾਇਆ ਉਸੇ ਹਿਸਾਬ ਨਾਲ ਹੀ ਉਸੇ ਤਕਨੀਕ ਨਾਲ ਹੀ ਆਪਾਂ 74 ਤੋਂ ਕੋਈ ਸ਼ਬਦ ਬਣਾਉਣਾ ਹੈ ਉਹ ਚਾਰੇ অপਸ਼ਨਾਂ 'ਚੋਂ ਆਪਾਂ ਦੇਖ ਕੇ ਦੱਸਾਂਗੇ ਵੀ ਕਿਹੜਾ ਬਣੂਗਾ ਜਿਵੇਂ ਦੇਖੋ 23 ਤੋਂ ਕੀ ਬਣਾਤਾ 49 ਬਣਾਤਾ ਕੀ ਕੀਤਾ ਹੋਇਆ 2 ਦਾ ਵੀ ਸਕੁਅਰ ਕੀਤਾ 3 ਦਾ ਵੀ ਸਕੁਅਰ ਕੀਤਾ ਪਹਿਲਾ 23 ਦੇ ਵਿੱਚ ਪਹਿਲਾ ਅੱਖਰ 2 2 ਦਾ ਸਕੁਅਰ ਕਰਕੇ 4 ਆ ਗਿਆ ਦੂਜਾ ਅਖਰ 3 3 ਦਾ ਸਕੁਅਰ ਕਰਕੇ 9 ਆ ਗਿਆ ਸਕੁਅਰ ਮਤਲਬ ਵਰਗ ਕਰਤਾ ਨੂੰ 10 ਨੇ ਨਾਲ ਹੀ ਗੁਣਾ ਕਰਤੀ dono dono ਗੁਣਾ ਕਰਕੇ 4 3 ਨੂੰ 3 ਨਾਲ ਗੁਣਾ ਕਰਕੇ 9 ਮਤਲਬ 23 ਤੋਂ ਕੀ ਬਣ ਗਿਆ 49 ਐਵੇਂ ਹੀ ਆਪਾਂ 74 ਦੇ ਵਿੱਚ ਕਰਾਂਗੇ 7 ਦਾ ਸਕੁਅਰ ਕਰ ਦਾਂਗੇ 49 ਆ ਜਾਊਗਾ 4 ਦਾ ਸਕੁਅਰ ਕਰ ਦਾਂਗੇ 16 ਆ ਜਾਏਗਾ ਤਾਂ ਇਹਦੇ ਲਈ ਕਿਹੜੀ ਆਪਸ਼ਨ ਸਹੀ ਆਵੇਗੀ ਫਿਰ ਲਾਸਟ ਵਾਲੀ ਆਪਸ਼ਨ ਇਹਦੇ ਲਈ ਸਹੀ ਹੋਵੇਗੀ ਮਤਲਬ ਜਿਵੇਂ 23 ਦਾ 49 ਨਾਲ ਸੰਬੰਧਾ ਉਵੇਂ 74 ਦਾ 49 16 ਨਾਲ ਸਬੰਧ ਹੈ ਇਹ ਦੇ ਲਈ ਸਹੀ ਆਪਸ਼ਨ ਚੌਥੀ ਹੋਏਗੀ 17ਵੇਂ ਕੁਐਸਚਨ ਲਈ ਅਗਲਾ ਕੁਐਸਚਨ 18ਵਾਂ ਪਾਣੀ ਦਾ ਸਬੰਧ ਪਿਆਸ ਨਾਲ ਐਵੇਂ ਭੋਜਨ ਦਾ ਸਬੰਧ ਕਿਸ ਨਾਲ ਹੁਣ ਦੇਖੋ ਜੇ ਆਪਾਂ ਨੂੰ ਪਿਆਸ ਲੱਗਦੀ ਹੈ ਤਾਂ ਆਪਾਂ ਪਾਣੀ ਪੀਂਦੇ ਹਾਂ ਹੁਣ ਜੇ ਆਪਾਂ ਨੂੰ ਭੁੱਖ ਲੱਗੂਗੀ ਤਾਂ ਆਪਾਂ ਕੀ ਖਾਵਾਂਗੇ ਭੋਜਨ ਦੇਖੋ ਤਾਂ ਸਿੰਪਲੀ ਕੁਐਸਚਨ ਸੀ ਤਾਂ ਭੋਜਨ ਦਾ ਸਬੰਧ ਕਿਸ ਦੇ ਨਾਲ ਹੈ ਭੁੱਖ ਨਾਲ ਹੈ ਇਹ ਕਾਫੀ ਸੌਖਾ ਸੀਗਾ ਅਗਲਾ ਕੁਐਸਚਨ 19ਵਾਂ ਜੇਕਰ T I N U ਬਰਾਬਰ 209 14 21 ਹੋਵੇ ਤਾਂ B I R A ਕੀ ਹੋਵੇਗਾ ਪਹਿਲਾਂ ਵੀ ਪਿਛਲੇ ਲੈਕਚਰ ਚ ਵੀ ਆਪਾਂ ਡਿਸਕਸ ਕੀਤਾ ਸੀ ਵੀ ਜਦੋਂ ਹੀ ਤੁਹਾਡੇ ਕੋਲ ਇਹੋ ਜਿਹਾ ਕੁਐਸਚਨ ਆਉਂਦਾ ਹੈ ਇੰਗਲਿਸ਼ ਅਲਫਾਬੈਟ ਨਾਲ ਦਾ ਤਾਂ ਤੁਸੀਂ ਕੀ ਕਰਨਾ ਪੂਰੀ A ਤੋਂ ਲੈ ਕੇ Z ਤੱਕ ਸਾਰੀ ABCD ਇੱਕ ਵਾਰੀ ਲਿਖ ਕੇ ਜ਼ਰੂਰ ਰੱਖਣੀ ਹੈ ਦੇਖੋ ਜਦੋਂ ਹੀ ਤੁਹਾਨੂੰ ਕੋਈ ਇੰਗਲਿਸ਼ ਅਲਫਾਬੇਟ ਨਾਲ ਰਿਲੇਟਡ ਕੁਐਸਚਨ ਆ ਜਿਹੜਾ ਉਹ ਆਉਂਦਾ ਰੀਜਨਿੰਗ ਦੇ ਵਿੱਚ ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਏ ਬੀ ਸੀ ਡੀ ਪੂਰੀ ਲਿਖ ਲਓ ਜਿਵੇਂ ਇਹ ਲਿਖ ਲਈ ਪਰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹਦਾ ਅੰਕਾਂ ਦੇ ਸਥਾਨ ਨਾਲ ਕੋਈ ਰਿਲੇਸ਼ਨ ਹੈ ਜਾਂ ਨਹੀਂ ਜਿਵੇਂ T I N U ਲਿਖਿਆ ਹੋਇਆ ਅਕਲ ਲਿਖਿਆ ਹੋਇਆ ਹੁਣ T ਆ ਜਿਹੜਾ ਉਹ 20ਵੇਂ ਨੰਬਰ ਤੇ ਆਉਂਦਾ ਦੇਖ ਸਕਦੇ ਆਪਾਂ 1 2 3 4 5 6 7 8 9 10 11 12 13 14 15 16 17 18 19 ਵੀ ਆਈ 9 ਨੰਬਰ ਤੇ ਐਨ 14 ਤੇ ਯੂ 21 ਤੇ ਤਾਂ ਅੰਕਾਂ ਦੇ ਸਥਾਨ ਲਿਖਿਆ ਹੋਇਆ ਹੈ ਇਹਦੇ ਲਈ ਵੀ ਆਪਾਂ ਅੰਕਾਂ ਦੇ ਸਥਾਨ ਹੀ ਲਿਖਾਂਗੇ ਫਿਰ ਬੀ ਕਿੰਵੇਂ ਨੰਬਰ ਦਿਊਗਾ ਦੂਜੇ ਤੇ ਤੇ ਆਈ ਕਿੰਨੇ ਤੇ ਆਉਂਦਾ ਨੌਵੇਂ ਤੇ ਆਰ ਕਿੰਨੇ ਤੇ ਆਉਂਦਾ 18ਵੇਂ ਤੇ ਏ ਕਿੰਨੇ ਤੇ ਆਉਂਦਾ ਪਹਿਲੇ ਦੇ 29181 ਇਹਦੇ ਲਈ ਸਹੀ ਆਪਸ਼ਨ ਇਹ ਆਊਗਾ ਤਾਂ ਇਸ ਕੁਐਸਚਨ ਦਾ ਸਹੀ ਉੱਤਰ ਕੀ ਆਏਗਾ ਚੌਥੀ ਆਪਸ਼ਨ ਏ ਦੀ ਸਹੀ ਉੱਤਰ ਹੋਏਗਾ ਅਗਲਾ ਕੁਐਸਚਨ ਬੀਮਾ ਜੇਕਰ ਦੇਖੋ ਇਹਦੇ ਵਿੱਚ ਥੋੜੀ ਜਿਹੀ ਦਿੱਕਤ ਹੈ 20ਵੇਂ ਕੁਐਸਚਨ ਦੇ ਵਿੱਚ ਪੰਜਾਬੀ ਦੇ ਵਿੱਚ ਇੱਥੇ ਟੀ ਆਏਗਾ ਜੀ ਦੀ ਥਾਂ ਤੇ ਥੋੜੀ ਜਿਹੀ ਦਿੱਕਤ ਹੈ ਇਸ ਕੁਐਸਚਨ ਦੇ ਵਿੱਚ ਜਿਹੜੀ ਲਾਸਟ ਤੇ ਜੀ ਦਿੱਤੀ ਹੋਈ ਹੈ ਇੱਥੇ ਵਾਲੀ ਇਹ ਵਾਲੀ ਇਹਦੀ ਥਾਂ ਤੇ ਟੀ ਆਏਗਾ ਉਹ ਪੰਜਾਬੀ ਦੇ ਵਿੱਚ ਗਲਤੀ ਦੇਰ ਗਈ ਹੈ ਇੰਗਲਿਸ਼ ਦੇ ਵਿੱਚ ਸਹੀ ਹੈ ਇਹ ਇਫ ਟੀਚਰ ਇਜ਼ ਵੀ ਜੀ ਸੀ ਈ ਜੇ gt then children is ਵੀ ਟੀਚਰ ਨੂੰ ਐਵੇਂ ਲਿਖਦੇ ਆਂ ਤਾਂ ਚਿਲਡਰਨ ਨੂੰ ਕਿਵੇਂ ਲਿਖਾਂਗੇ ਐਵੇਂ ਆ ਦੇਖੋ ਇਹਦਾ ਕੋਈ ਨਾ ਕੋਈ ਤਕਨੀਕ ਲਾਈ ਹੋਈ ਆ ਕੋਈ ਤਰੀਕੇ ਨਾਲ ਲਿਖਿਆ ਹੋਇਆ ਉਹ ਆਪ ਲਾਉਂਦੇ ਆਂ ਵੀ ਕਿਵੇਂ ਇਹ ਲਿਖਿਆ ਹੋਇਆ ਟੀਚਰ ਨੂੰ ਲਿਖਿਆ ਹੋਇਆ ਦੇਖੋ ਇਹ ਵੀ ਇੰਗਲਿਸ਼ ਅਲਫਾਬੇਟ ਲੇ ਕੇ ਤੁਸੀਂ ਪਤਾ ਲਗਾ ਸਕਦੇ ਹੋ ਤਾਂ ਮੈਂ ਇੰਗਲਿਸ਼ ਵਾਲੇ ਪਾਸੋਂ ਹੀ ਦੇਖਦਾ ਟੀਚਰ ਨੂੰ ਲਿਖਿਆ b g c e j gt t ਨੂੰ ਕੀ ਲਿਖਿਆ v ਦੇਖੋ ਇੰਗਲਿਸ਼ ਅਲਫਾਬੇਟ ਚ ਜਾਓ S T U V ਮਤਲਬ U ਛੱਡਤਾ ਇੱਕ V ਲਿਖਿਆ ਹੋਇਆ ਐਵੇਂ E ਨੂੰ ਅਗਲੇ ਅੱਖਰ ਨੂੰ E ਲਈ ਹੀ ਲਿਖਿਆ ਪਹਿਲਾਂ T ਲਈ ਸੀ T ਦੇ ਲਈ ਕੀ ਕੀਤਾ U ਛੱਡਤਾ V ਲਿਖਦਾ E ਲਈ ਕੀ ਕੀਤਾ F ਛੱਡਤਾ G ਲਿਖਦਾ A ਲਈ ਕੀ ਕੀਤਾ B ਛੱਡਤਾ C ਲਿਖਦਾ C ਲਈ D ਛੱਡਤਾ E ਲਿਖਦਾ ਐਵੇਂ ਸਾਰਿਆਂ ਲਈ ਕੀਤਾ ਹੋਇਆ ਇੱਕ ਅੱਖਰ ਛੱਡ ਕੇ ਅਗਲਾ ਅੱਖਰ ਲਿਖਿਆ ਹੋਇਆ ਹਰੇਕ ਲਈ ਤੁਸੀਂ ਚੈੱਕ ਕਰ ਸਕਦੇ ਹੋ ਕੋਲਾਕਲਾ ਅੱਖਰ ਇੱਕ ਅੱਖਰ ਵਿੱਚੋਂ ਛੱਡ ਕੇ ਇਹਦੂ ਅਗਲਾ ਉਦੂ ਅਗਲੇ ਅੱਖਰ ਲਿਖਿਆ ਹੋਇਆ ਤਾਂ ਆਪਾਂ ਚਿਲਡਰਨ ਨੂੰ ਲਿਖਦੇ ਕਿਵੇਂ ਲਿਖਾਂਗੇ ਸੀ ਸੀ ਹੈ ਚਿਲਡਰਨ ਦਾ ਪਹਿਲਾ ਅੱਖਰ ਤਾਂ ਡੀ ਛੱਡ ਦਾਂਗੇ ਆਪਣੇ ਕੋਲ ਕੀ ਆਊਗਾ ਈ ਈ ਦੇਖੋ ਚਾਰੇ ਆਪਸ਼ਨਾਂ ਚ ਆ ਗਿਆ ਹੁਣ ਅਗਲਾ ਅੱਖਰ ਐਚ ਐਚ ਵਾਸਤੇ ਆਈ ਛੱਡ ਦੋ ਕੀ ਆਜੂਗਾ ਜੇ 1 3 ਚੌਥੀ ਆਪਸ਼ਨ ਚ ਜੇ ਹੈਗਾ ਦੂਜਾ ਅੱਖਰ ਆਈ ਵਾਸਤੇ ਆਈ ਜੇ ਛੱਡ ਦੋ ਕੇ ਆਊਗਾ ਦੇਖੋ ਕੇ ਵੀ ਤੀਜਾ ਅੱਖਰ ਪਹਿਲੀ ਤੀਜੀ ਚੌਥੀ ਆਪਸ਼ਨ ਚ ਹੈਗਾ ਹੁਣ ਐਲ ਵਾਸਤੇ ਐਮ ਛੱਡ ਦਾਂਗੇ ਕੀ ਆਊਗਾ ਐਨ ਆਊਗਾ ਐਨ ਵੀ ਸਾਰੇ ਚ ਪਹਿਲੀ ਤੀਜੀ ਚੌਥੀ ਆਪਸ਼ਨ ਚ ਐਨ ਹੈਗਾ ਡੀ ਵਾਸਤੇ ਈ ਛੱਡ ਦਾਂਗੇ ਐਫ ਆਊਗਾ ਤਾਂ ਐਫ ਕਿਹਦੇ ਚ ਹੈ ਤੀਜੀ ਤੇ ਚੌਥੀ ਚ ਰਹਿ ਗਿਆ ਹੁਣ ਅੱਗੇ ਆਰ ਵਾਸਤੇ ਐਸ ਛੱਡ ਦਾਂਗੇ ਟੀ ਆਊਗਾ ਤਾਂ ਇਹ ਕਿਹੜੀ ਆਪਸ਼ਨ ਚ ਹੈ ਚੌਥੀ ਆਪਸ਼ਨ ਇਹਦੇ ਲਈ ਕੀ ਹੈਗੀ ਫਿਰ ਸਹੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਹਰੇਕ ਅੱਖਰ ਲਈ ਹੁਣ ਜਿਵੇਂ ਇਹਦੇ ਵਿੱਚ ਲਾਸਟ ਅੱਖਰ ਐਨ ਹੈ ਐਨ ਦੀ o m n o ਉਹ ਛੱਡ ਦਾਂਗੇ ਤਾਂ ਕੀ ਆਊਗਾ लास्ट ਅੱਖਰ p ਆਊਗਾ ਦੇਖੋ ਸਹੀ ਆਪਸ਼ਨ ਹੈ ਜੇ ਟੀਚਰ ਨੂੰ ਆਪਾਂ b g c e j t ਲਿਖ ਸਕਦੇ ਆ ਤਾਂ ਚਿਲड्रन ਨੂੰ ਆਪਾਂ ਕੀ ਲਿਖ ਸਕਦੇ ਆ e j k n f t g p ਮਤਲਬ ਜਿਹੜਾ ਆਪਾਂ ਪਹਿਲਾ ਅੱਖਰ ਲੈ ਰਹੇ ਆ ਉਹ ਤੋਂ ਅਗਲਾ ਅੱਖਰ ਛੱਡ ਕੇ ਉਹ ਤੋਂ ਅਗਲਾ ਲਿਖਣਾ c c ਚਿਲड्रन ਦਾ ਪਹਿਲਾ ਅੱਖਰ ਤਾਂ ਡੀ ਛੱਡਤੀ ਆਪਾਂ e ਲਿਖਿਆ ਐਵੇਂ h ਵਾਸਤੇ i ਛੱਡਤੀ j ਲਿਖਿਆ ਆਈ ਵਾਸ ਤੇ ਜੇ ਛੜਤੀ ਕੀ ਲਿਖਿਆ ਐਵੇਂ ਸਾਰੇ ਅੱਖਰ ਲਿਖੇ ਆ ਕਲੀਅਰ ਬਈ ਅਗਲਾ 21ਵਾਂ ਕੁਐਸਚਨ ਜੇ ਕਿਸੇ ਕੋਡ ਭਾਸ਼ਾ ਵਿੱਚ ਸਟੇਟਮੈਂਟ ਦਾ ਕੋਡ T N E M E T A T S ਹੈ ਤਾਂ ਉਸੇ ਭਾਸ਼ਾ ਵਿੱਚ ਪੋਲੀਟੀਕਲ ਦਾ ਕੋਡ ਦੱਸੋ ਹੁਣ ਦੇਖੋ ਜੇ ਤੁਸੀਂ ਇਹਨੂੰ ਦੇਖ ਰਹੇ ਹੋ ਤਾਂ ਧਿਆਨ ਨਾਲ ਰੱਖੋ ਨੂੰ ਦੇਖੋ ਸਟੇਟਮੈਂਟ ਨੂੰ ਕਿਵੇਂ ਲਿਖਿਆ ਹੋਇਆ ਉਲਟਾ ਕਰਕੇ ਲਿਖਿਆ ਹੋਇਆ ਇਹ ਵੀ ਤੁਸੀਂ ਪੂਰਾ ਦਿਮਾਗ ਲਗਾ ਕੇ ਦੇਖਣਾ ਵੀ ਕੋਈ ਕਨੈਕਸ਼ਨ ਬਣਦਾ ਜਾਂ ਨਹੀਂ ਦੇਖੋ ਪੁੱਠਾ ਕਰਕੇ ਲਿਖਿਆ ਨਾ ਸਟੇਟਮੈਂਟ ਨੂੰ ਅੱਖਰਾਂ ਨੂੰ ਪੁੱਠਾ ਕਰਕੇ ਲਿਖਿਆ ਇੱਧਰੋਂ ਸ਼ੁਰੂ ਕਰਤਾ ਪਿਛਲੇ ਪਾਸੋਂ T N E M E T A S T S ਐ ਲਿਖਿਆ ਦੇਖੋ T N E M E T A T S ਉਲਟਾ ਕਰਕੇ ਲਿਖਿਆ ਹੋਇਆ ਸਟੇਟਮੈਂਟ ਨੂੰ ਤਾਂ ਪੋਲੀਟਿਕਲ ਨੂੰ ਵੀ ਆਪਾਂ ਉਲਟਾ ਕਰਕੇ ਲਿਖਾਂਗੇ ਤਾਂ ਕਿਵੇਂ ਲਿਖਾਂਗੇ L I C L L A C I T I L O P ਤਾਂ ਕਿਹੜੀ ਆਪਸ਼ਨ ਬਣੂਗੀ ਦੂਜੀ ਆਪਸ਼ਨ ਇਹਦੇ ਲਈ ਸਹੀ ਆਪਸ਼ਨ ਬਣੂਗੀ ਜਿਵੇਂ ਆਪਾਂ ਸਟੇਟਮੈਂਟ ਨੂੰ ਪੁੱਠਾ ਕਰਕੇ ਲਿਖਤਾ ਪਿਛਲੇ ਪਾਸੋਂ ਸ਼ੁਰੂ ਕਰਕੇ ਲਿਖਤਾ ਉਵੇਂ ਆਪਾਂ ਪੋਲੀਟਿਕਲ ਨੂੰ ਵੀ ਪਿੱਛੇ ਪਾਸੋਂ ਸ਼ੁਰੂ ਕਰਕੇ ਜੇ ਜਦੋਂ ਲਿਖਾਂਗੇ ਤਾਂ ਆਪਣੇ ਕੋਲੇ ਦੂਜੀ ਆਪਸ਼ਨ ਸਹੀ ਹੈ ਇਹਦੇ ਲਈ ਬਣੇਗੀ 22ਵਾਂ ਕੁਐਸਚਨ ਦੇਖੋ ਇਹ ਜਿਹੋ ਕੁਸਚਨ ਹਨ ਅਕਸਰ ਪੇਪਰ ਦੇ ਵਿੱਚ ਮਿਲਣਗੇ ਕਵੈਸਚਨ ਮਾਰਕ ਦਿੱਤਾ ਆਂ ਤੇ ਆਪਾਂ ਦੱਸਣਾ ਵੀ ਕੀ ਆਏਗਾ ਦੇਖੋ ਪਹਿਲਾਂ ਤਾਂ ਆਪਾਂ ਸਿੰਪਲ ਦੇਖਦੇ ਆਂ ਜੋੜ ਕਰਕੇ ਬਣਦਾ ਤੀਜਾ ਥੱਲੇ ਵਾਲਾ ਆਪਾਂ ਦੇਖਣਾ ਵੀ ਇਹ ਹੈ ਜਿਹੜਾ ਉਹ ਪਹਿਲੇ ਦੋ ਤੋਂ ਉੱਪਰ ਲਿਆਂ ਤੋਂ ਕਿਵੇਂ ਬਣਿਆ ਦੇਖਦੇ ਆਂ ਜਿਵੇਂ 3 ਤੇ 4 7 ਇਹਦੇ ਲਈ ਤਾਂ ਬਣ ਗਿਆ ਦੇਖੋ 6010 ਇਹਦੇ ਲਈ ਬਣਿਆ ਨਾ 20 ਬਣਿਆ ਹੋਇਆ ਦੂਜੇ ਲਈ ਤਾਂ ਇਹ ਆਪਸ਼ਨ ਨਹੀਂ ਜੋੜ ਨਹੀਂ ਹੈਗਾ ਸਿੱਧਾ ਕੁਝ ਹੋਰ ਕੀਤਾ ਹੋਇਆ ਚਲੋ ਆਪਾਂ ਦੇਖਦੇ ਆਂ 4 ਤੇ 3 7 ਨੇ 4 4 3 ਘਟਾਤੇ 1 ਠੀਕ ਹੈ ਉਹਦੀ ਘਟਾ ਨੂੰ ਗੁਣਾ ਕੀਤਾ ਪਹਿਲਾਂ ਕੀ ਕੀਤਾ ਜੋੜ 4 3 7 ਫਿਰ ਉਹਨੂੰ ਕੀ ਦੇਣਾ ਗੁਣਾ ਕੀਤਾ ਇਹਨਾਂ ਦੀ ਘਟਾ ਨਾਲ 4 3 7 4 3 ਘਟਾਏ 1 7 ਨੂੰ 1 ਨਾਲ ਗੁਣਾ ਕੀਤੀ ਤਾਂ ਆਪਣੇ ਕੋਲੇ 7 ਆ ਜਾਏਗਾ ਠੀਕ ਹੈ ਇਹਦੇ ਲਈ ਹੋ ਗਿਆ ਇਹ ਹੁਣ ਦੇਖੋ ਅਗਲੇ ਲਈ ਫਿਰ 6 ਤੇ 4 ਕਿੰਨੇ ਹੋਗੇ 10 6 ਤੇ 4 ਕਿੰਨੇ ਹੋਗੇ 10 ਇਹਨਾਂ ਦੋਵਾਂ ਦੀ ਘਟਾ ਕਰਾਂਗੇ 2 ਆ ਜੂਗਾ 10 ਨੂੰ ਦੋ ਨਾਲ ਗੁਣਾ ਕੀਤੀ ਕਿੰਨਾ ਆਜੂਗਾ 20 ਆਜੇਗਾ ਠੀਕ ਹੈ ਪਹਿਲੇ ਲਈ ਵੀ ਆਏਗੀ ਤਾਂ ਸੀ 4 ਤੇ 3 7 ਦਾ ਜੋੜ ਕੀਤਾ ਇਹਨਾਂ ਦੀ ਘਟਾ ਕੀਤੀ 1 7 ਨੂੰ 1 ਨਾਲ ਗੁਣਾ ਕੀਤੀ 7 ਆ ਗਿਆ ਦੂਜੇ ਲਈ 6 ਤੇ 4 10 ਇਹਨਾਂ ਦੀ ਘਟਾ ਕੀਤੀ 2 ਦੋਨਾਂ ਗੁਣਾ ਕੀਤੀ 20 ਆ ਗਿਆ ਅਹੀਂ ਅਗਲੇ ਲਈ ਕਰਾਂਗੇ 7 ਤੇ 5 12 ਘਟਾ ਕੀਤੀ 2 12 ਨੂੰ ਦੋ ਨਾਲ ਗੁਣਾ ਕੀਤਾ ਆਪਣੇ ਕੋਲ ਕਿੰਨਾ ਬਣ ਜੇਗਾ 24 ਆਨਸਰ ਆਜੇਗਾ ਤਾਂ 24 ਆਪਸ਼ਨਾਂ ਦੇ ਵਿੱਚ ਹੈਗਾ ਹੈਗਾ ਨਾ 24 ਆਪਸ਼ਨਾਂ ਦੇ ਵਿੱਚ ਏ ਪਿਆ ਤਾਂ ਇਹ ਲਈ ਸਹੀ ਆਨਸਰ ਆ ਜਿਹੜਾ ਇਸ ਕੁਐਸਚਨ ਦੇ ਲਈ ਕਿੰਨਾ ਆਏਗਾ 24 ਆਵੇਗਾ ਮਤਲਬ ਤੁਸੀਂ ਪੈਟਰਨ ਨੂੰ ਲੱਭਣਾ ਵੀ ਜਿਹੜੇ ਦੋ ਅੱਖਰ ਦਿੱਤੇ ਹੋਏ ਆ ਉਹਦੇ ਤੋਂ ਤੀਜਾ ਅੱਖਰ ਕਿਵੇਂ ਬਣਦਾ ਜੇ ਤੁਸੀਂ ਉਹ ਲੱਭ ਲਿਆ ਤੁਹਾਡਾ ਕੁਐਸਚਨ ਨਾਲ ਦੀ ਨਾਲ ਸੋਲਵ ਹੋ ਜਾਏਗਾ ਤਾਂ ਬਾਈਵੇਂ ਕੁਐਸਚਨ ਲਈ ਸਹੀ ਆਪਸ਼ਨ ਕਿਹੜੀ ਆਵੇਗੀ 24 ਚੌਥੀ ਆਪਸ਼ਨ ਅਗਲਾ ਕੁਐਸਚਨ 23 16 ਤੇ 12 ਉਨ ਦੇਖੋ 16 ਦੇ 12 ਦੇ ਜਾਂ ਆਪਾਂ ਜੋੜ ਜੋੜ ਕਰਕੇ ਬਣੇ ਜਾਂ ਘਟਾ ਕਰਕੇ ਬਣੇ ਜਾਂ ਗੁਣਾ ਕਰਕੇ ਬਣੇ ਉਸ ਨੂੰ ਕੁਐਸਚਨ ਨੂੰ ਦੇਖ ਕੇ ਪਤਾ ਲੱਗੇਗਾ ਵੀ ਕੀ ਬਣੂਗਾ ਠੀਕ ਹੈ ਜਿਵੇਂ 23ਵਾਂ ਕੁਐਸਚਨ ਹੈ 16 ਤੇ 12 ਤੋਂ 14 ਬਣਿਆ 16 ਤੇ 12 ਦਾ ਜੇ ਆਪਾਂ ਜੋੜ ਕਰ ਦਈਏ ਤਾਂ ਕੀ ਬਣ ਜੂਗਾ 16 ਤੇ 12 ਦਾ ਜੇ ਆਪਾਂ ਜੋੜ ਕਰ ਦਈਏ ਤਾਂ ਕੀ ਬਣ ਜੂਗਾ 28 ਆਪਣੇ ਕੋਲ ਕਿੰਨਾ 14 28 ਤੋਂ 14 ਕਿਵੇਂ ਬਣ ਸਕਦਾ ਦੋ ਨਾਲ ਭਾਗ ਕਰਕੇ ਤਾਂ ਕੀ ਕਰਾਂਗੇ ਆਪਾਂ 16 ਦੇ 12 ਦਾ ਜੋੜ ਕਰਤਾ ਦੋ ਨਾਲ ਭਾਗ ਕਰਤਾ ਤਾਂ ਨਾ ਬਣ ਗਿਆ 14 16 ਤੇ 12 ਦਾ ਜੋੜ 28 28 ਨੂੰ ਦੋਨਾਂ ਆਪਾ ਕੀਤਾ 14 ਇਹ ਹੋ ਗਿਆ ਪਹਿਲਾ ਹੁਣ ਦੂਜੇ ਲਈ ਦੇਖੀਏ ਚੱਕਰ ਹੀ ਹੈ 21 ਤੇ 9 21 ਤੇ 9 ਦਾ ਜੋੜ ਕਰਕੇ ਕਿੰਨਾ ਬਣ ਗਿਆ 30 30 ਨੂੰ ਦੋਨਾਂ ਆਪਾ ਕੀਤੀ 15 ਇਹਦੇ ਲਈ ਵੀ ਸਹੀ ਹੈ ਹੁਣ ਜੇ ਦੋਨਾਂ ਲਈ ਸਹੀ ਹੈ ਤਾਂ ਤੀਜੇ ਲਈ ਵੀ ਸਹੀ ਹੋਗਾ 10 ਦੇ ਵਿੱਚ ਆਪਾਂ ਕੀ ਜੋੜ ਕਰੀਏ ਕੀ ਦਾ ਜੋੜ ਕਰੀਏ ਵੀ ਆਪਾਂ ਫਿਰ ਇਹਨੂੰ ਦੋਨਾਂ ਉਪਾਕਰਕੇ ਨਾ ਆਵੇ 16 ਮਤਲਬ ਇਹਨਾਂ ਦਾ ਜੋੜ ਕਿੰਨਾ ਹੋਣਾ ਚਾਹੀਦਾ ਇਹਦਾ ਦੁੱਗਣਾ ਹੋਣਾ 16 ਦਾ ਦੁੱਗਣਾ ਹੋਣਾ ਚਾਹੀਦਾ ਇਹਦਾ ਜੋੜ ਤੇ 10 ਦੇ ਵਿੱਚ 22 ਜੋੜਾਂਗੇ ਆਪਾਂ ਫਿਰ ਕਿੰਨਾ ਬਣ ਜੂਗਾ 32 32 ਨੂੰ ਆਪਾਂ ਦੋਨਾਂ ਉਪਾਕਰਾਂਗੇ ਕਿੰਨਾ ਬਣ ਜੂਗਾ 16 ਤਾਂ ਇੱਥੇ ਕਿੰਨਾ ਆਊਗਾ ਫਿਰ 22 ਆਊਗਾ ਨਾ ਤਾਂ 22 ਆਪਸ਼ਨ ਅਚ ਹੈਗਾ ਹੈਗਾ ਤਾਂ ਇਹਦੇ ਲਈ ਚੌਥੀ ਆਪਸ਼ਨ ਆ ਜਿਹੜੀ ਇਹਨਾਂ ਲਈ ਸਹੀ ਹੋਊਗੀ ਮਤਲਬ 10 ਦੇ ਵਿੱਚ ਜੇ ਆਪਾਂ 22 ਜੋੜ ਦਾਂਗੇ 32 32 ਨੂੰ ਦੋਨਾਂ ਉਪਾਕਰਾਂਗੇ 16 ਆਏਗਾ ਤਾਂ ਇਸ ਕੁਐਸਚਨ ਦੇ ਲਈ ਬਾਈ অপਸ਼ਨ ਆ ਜਿਹੜੀ ਉਹ ਸਹੀ ਹੋਏਗੀ ਚੌਥੀ অপਸ਼ਨ ਸਹੀ ਹੋਏਗੀ ਅਗਲਾ ਕੁਐਸਚਨ 24ਵਾਂ ਦੇਖੋ ਕੀ ਬਣਿਆ ਰੈਕਟੈਂਗਲ ਬਣੀ ਹੋਈ ਆ ਰੈਕਟੈਂਗਲ ਦੇ ਆਲੇ ਦੁਆਲੇ ਸਾਰੇ ਕੀ ਲਿਖੇ ਹੋਏ ਆ ਅੰਕ ਲਿਖੇ ਹੋਏ ਨੇ ਦੋਨੋਂ ਦੇ ਵਿੱਚ ਇੱਕ ਅੰਕ ਲਿਖਿਆ ਇਹਨਾਂ ਜਿਹੜੇ ਆਲੇ ਦੁਆਲੇ ਅੰਕ ਲਿਖੇ ਹੋਏ ਨੇ ਇਹਨਾਂ ਤੋਂ ਹੀ ਵਿਚਵਲ ਅੰਕ ਬਣਿਆ ਹੋਇਆ ਜਿਵੇਂ ਇਹਨਾਂ ਨੂੰ ਅੰਕਾਂ ਨੂੰ ਗੁਣਾ ਕਰਦੇ ਆਪਾਂ ਦੇਖਦੇ ਆਂ ਵੀ ਇਹਨਾਂ ਤੋਂ ਕੀ ਬਣਿਆ ਹੋਇਆ ਹੈ 5 3 15 15 4 60 60 2 100 20 120 ਆਪਣੇ ਕੋਲ ਵਿਚਾਲੇ ਕੀ ਬਣਦਾ 12 120 ਤੋਂ 12 ਕਿਵੇਂ ਬਣ ਸਕਦਾ ਜੇ ਆਪਾਂ 10 ਨਾਲ ਭਾਗ ਕਰ ਦਾਂਗੇ ਠੀਕ ਹੈ ਪਹਿਲਾਂ ਸਾਰਿਆਂ ਦੀ ਗੁਣਾ ਕਰ ਲਓ ਫਿਰ ਉਹਨੂੰ 10 ਨਾਲ ਭਾਗ ਕਰ ਦੋ ਤਾਂ ਆਪਣੇ ਕੋਲ ਕਿੰਨਾ ਬਣ ਜਾਏਗਾ 12 ਬਣ ਜਾਏਗਾ ਇਹ 12 ਫਿਰ ਹੋਵੇਗਾ ਪਹਿਲਾਂ ਆਪਾਂ ਸਾਰਿਆਂ ਦੀ ਗੁਣਾ ਕਰ ਲਈਏ ਇਹਨਾਂ ਦੀ ਸਾਰਿਆਂ ਦੀ ਗੁਣਾ ਕਰਕੇ ਫਿਰ ਉਹਨੂੰ 10 ਨਾਲ ਭਾਗ ਕਰ ਦਾਂਗੇ ਤਾਂ ਆਪਣੇ ਕੋਲੇ 12 ਬਣ ਜਾਏਗਾ ਜਿਵੇਂ 5 3 4 मतलब 5 3 4 2 5 3 15 15 60 60 2 120 120 ਨੂੰ ਆਪਾਂ 10 ਨਾਲ ਭਾਗ ਕਰਾਂਗੇ ਆਪਣੇ ਕੋਲੇ ਵਿਚਾਲੜਾ 12 ਆ ਜਾਏਗਾ ਇਥੇ ਨਿਬੜ ਗਿਆ ਅਗਲੇ ਲਈ ਦੇਖੀ ਲਾ ਕੇ ਲੱਗਦਾ ਹੈ 6 6 2 3 5 ਇਹਨਾਂ ਦੀ ਗੁਣਾ ਕਰਨੀ ਆਪਾਂ ਕਰਦੇ ਆਪਾਂ 5 33 30 60 60 3 180 180 ਨੂੰ ਆਪਾਂ 10 ਨਾਲ ਭਾਗ ਰੰਗ ਤਾਂ ਆਪਣੇ ਕੋਲ ਕਿੰਨਾ ਬਣਦਾ 18 ਤਾਂ ਇਹਦੇ ਲਈ ਵੀ ਸਹੀ ਹੈ ਜੇ ਦੋ ਲਈ ਸਹੀ ਹੈ ਤਾਂ ਤੀਜੇ ਲਈ ਵੀ ਸਹੀ ਹੋਊਗਾ ਤੀਜੇ ਲਈ ਹੁਣ ਕਰਦੇ ਆਂ 5 2 2 ਤੇ 9 ਦੀ 5 2 10 10 2 20 20 ਨਾ ਆਇਆ 180 180 ਨੂੰ 9 ਦੇ ਨਾਲ ਬਾਹ ਕੀਤੀ ਆਪਣੇ ਕੋਲ ਕਿੰਨਾ ਆਵੇਗਾ 18 ਤਾਂ ਇਹਦੇ ਲਈ ਚੌਥੀ ਆਪਸ਼ਨ ਸਹੀ ਆਪਸ਼ਨ 18 ਆਏਗੀ 24ਵੇਂ ਦਾ ਆਨਸਰ ਕਿੰਨਾ ਆਏਗਾ 18 ਆਏਗਾ ਅਗਲਾ ਕੁਐਸਚਨ 25ਵਾਂ ਦੇਖੋ ਸਰਕਲ ਜਿਹਾ ਬਣਿਆ ਹੋਇਆ ਇਹਨੂੰ ਉੱਪਰ ਲਾਉਂਦੇ ਆਂ ਕੁਐਸਚਨ ਮਾਰਕ ਦੇ ਖਾਂ ਤੇ ਕੀ ਆਏਗਾ ਇਹ ਆਪਾਂ ਦੱਸਣਾ ਵੀ ਕੁਐਸਚਨ ਮਾਰਕ ਜਿਹੜਾ ਹੈ ਉਹਦੇ ਕੀ ਆਏਗਾ ਦੇਖੋ ਜਿੱਥੇ 41 ਬਣਿਆ ਹੋਇਆ ਉਹਦੇ ਸਾਹਮਣੇ ਜਿਹੜੇ ਅੱਖਰ ਨੇ ਉਹਨਾਂ ਦੋਹਾਂ ਦਾ ਜੋੜ ਕਿੰਨਾ ਬਣਦਾ 41 16 ਤੇ 25 ਦਾ ਜੋੜ ਕਿੰਨਾ ਬਣਦਾ 41 ਤੇ ਇਧਰ ਸਾਈਡ ਵਾਲੇ ਪਾਸੇ ਤੇ 29 ਵਾਲੇ ਪਾਸੇ 25 ਤੇ 24 ਨੂੰਾਂ ਦਾ 25 ਤੇ 4 ਦਾ ਜੋੜ ਕਿੰਨਾ ਬਣਦਾ 29 ਤੇ ਇਧਰਲੀ ਸਾਈਡ ਤੇ 28 ਤੇ 4 ਦਾ ਜੋੜ ਕਿੰਨਾ ਬਣਦਾ 32 ਹੁਣ ਦੇਖੋ ਜਿੱਥੇ ਆਪਾਂ ਨੂੰ ਕੁਐਸਚਨ ਮਾਰਕ ਦਿੱਤਾ ਉੱਥੇ ਕੀ ਹੈ 16 ਤੇ 28 16 ਦੇ 28 ਦਾ ਜੋੜ ਦੇਖ ਲਓ ਫਿਰ ਕਿੰਨਾ ਬਣਦਾ ਉਹਨਾ ਹੀ ਆਊਗਾ ਕਿਉਂਕਿ ਜਿਹੜੇ ਵੀ ਖਾਨੇ ਦਿੱਤੇ ਨੇ ਜਿਹੜਾ ਉਹਦੇ ਸਾਹਮਣੇ ਅੰਕ ਲਿਖਿਆ ਹੋਇਆ ਉਹ ਉਹਨਾਂ ਦਾ ਜੋੜ ਕਰਕੇ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਹਰੇਕ ਅੰਕ ਜਿਹੜਾ ਲਿਖਿਆ ਉਹ ਜਿਹੜੇ ਉਹਦੇ ਸਾਹਮਣੇ ਅੱਖਰ ਦੋ ਦਿੱਤੇ ਨੇ ਅੰਕ ਦਿੱਤੇ ਨੇ ਉਹਨਾਂ ਦੋਹਾਂ ਦਾ ਜੋੜ ਕਰਕੇ ਲਿਖਿਆ ਹੋਇਆ ਤਾਂ 16 ਦੇ 28 ਦਾ ਜੋੜ ਕਿੰਨਾ ਬਣ ਜੂਗਾ 44 ਤਾਂ 16 ਤੇ 28 ਜਿੱਥੇ ਕੁਐਸਚਨ ਮਾਰਕ ਲਿਖਿਆ ਇੱਥੇ ਇੱਥੇ ਕੀ ਆਏਗਾ ਅੰਕ 44 ਆਏਗਾ ਕਿਉਂਕਿ 16 ਦੇ 28 ਦਾ ਜੋੜ ਕਿੰਨਾ ਹੁੰਦਾ ਹੈ 44 ਇਹਦੇ ਲਈ ਸਹੀ ਆਪਸ਼ਨ ਹੈ ਹੈ 25ਵੇਂ ਦਾ ਉੱਤਰ ਕਿੰਨਾ ਆਏਗਾ 44 ਅਗਲਾ ਕੁਐਸਚਨ 26ਵਾਂ ਕੁਐਸਚਨ ਇੱਕ ਸਕੂਲ ਦੇ ਵਿੱਚ ਪੰਜ ਅਧਿਆਪਕਾਂ ਵਿੱਚੋਂ A ਅਤੇ B ਹਿੰਦੀ ਅਤੇ ਅੰਗਰੇਜ਼ੀ ਪੜ੍ਹਾਉਂਦੇ ਹਨ C ਅਤੇ B ਅੰਗਰੇਜ਼ੀ ਅਤੇ ਪੰਜਾਬੀ ਪੜ੍ਹਾਉਂਦੇ ਹਨ D ਅਤੇ A ਗਣਿਤ ਅਤੇ ਅੰਗਰੇਜ਼ੀ ਗਣਿਤ ਅਤੇ ਹਿੰਦੀ ਪੜ੍ਹਾਉਂਦੇ ਹਨ E ਅਤੇ B ਇਤਿਹਾਸ ਅਤੇ ਫਿਜ਼ਿਕਸ ਪੜ੍ਹਾਉਂਦੇ ਹਨ ਕਿਹੜਾ ਅਧਿਆਪਕ ਸਭ ਤੋਂ ਵੱਧ ਵਿਸ਼ੇ ਪੜਾਉਂਦਾ ਹੈ ਤੇ ਇਹਨੂੰ ਆਪਾਂ ਹੱਲ ਕਰਦੇ ਹਾਂ ਦੇਖੋ ਉੱਪਰ ਰਕਮ ਪੜ੍ਹ ਲਈ ਹੈ ਤਾਂ ਆਪਾਂ ਪਹਿਲਾ ਇੱਕ ਅਧਿਆਪਕ ਕੋਲ ਲਿਖਦੇ ਹਾਂ ਦੂਬਾ ਦੂਜਨ ਦਵਾਰਾ ਪੜ੍ਹਾਏ ਗਏ ਵਿਸ਼ੇ ਲਿਖਦੇ ਹਾਂ ਜਿਵੇਂ ਪਹਿਲੀ ਰਕਮ ਵਿੱਚ ਦੇਖੋ ਪੰਜ ਅਧਿਆਪਕਾਂ ਵਿੱਚੋਂ A ਅਤੇ B ਕਹਿੰਦੇ ਹਿੰਦੀ ਤੇ ਅੰਗਰੇਜ਼ੀ ਪੜ੍ਹਾਉਂਦੇ ਨੇ A ਅਧਿਆਪਕ ਤੇ B ਇਧਰੋਂ ਹਿੰਦੀ ਤੇ ਅੰਗਰੇਜ਼ੀ ਪੜ੍ਹਾਉਂਦੇ ਨੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ A ਹਿੰਦੀ ਪੜ੍ਹਾਉਂਦਾ B ਅੰਗਰੇਜ਼ੀ ਪੜ੍ਹਾਉਂਦਾ ਹੈ A ਤੇ B ਦੋਨੇ ਹਿੰਦੀ ਅਤੇ ਅੰਗਰੇਜ਼ੀ ਪੜ੍ਹਾਉਂਦੇ ਨੇ ਇਹਦਾ ਮਤਲਬ ਇਹ ਹੈ ਉਦੋਂ ਅੱਗੇ ਸੀ ਅਤੇ ਬੀ ਅੰਗਰੇਜ਼ੀ ਅਤੇ ਪੰਜਾਬੀ ਪੜਾਉਂਦੇ ਨੇ ਸੀ ਅਤੇ ਬੀ ਅੰਗਰੇਜ਼ੀ ਅਤੇ ਪੰਜਾਬੀ ਪੜਾਉਂਦੇ ਨੇ ਇਧਰ ਬਸ ਸੀ ਤੇ ਬੀ ਦੇ ਆਪਕਾਗੇ ਅੰਗਰੇਜ਼ੀ ਤੇ ਪੰਜਾਬੀ ਵਿਸ਼ੇ ਹੋਗੇ ਤੋ ਅਗਲੇ ਡੀ ਅਤੇ ਏ ਗਣਿਤ ਅਤੇ ਹਿੰਦੀ ਪੜਾਉਂਦੇ ਨੇ ਤਾਂ ਇੱਥੇ ਡੀ ਲਿਖਿਆ ਹੋਇਆ ਹੈ ਇੱਥੇ ਏ ਗਣਿਤ ਅਤੇ ਹਿੰਦੀ ਪੜਾਉਂਦੇ ਨੇ ਤੇ ਲਾਸਟ ਲਾਸਟ ਕੀ ਹੈ ਈ ਅਤੇ ਬੀ ਇਤਿਹਾਸ ਅਤੇ ਫਿਜ਼ਿਕਸ ਪੜਾਉਂਦੇ ਨੇ ਠੀਕ ਹੈ ਹੁਣ ਕੀ ਕਹਿੰਦਾ 26ਵਾਂ ਕੁਐਸਚਨ ਆਪਾਂ ਨੂੰ ਕਹਿੰਦਾ ਬੀ ਸਭ ਤੋਂ ਵੱਧ ਵਿਸ਼ੇ ਕਿਹੜਾ ਅਧਿਆਪਕ ਪੜਾਉਂਦਾ ਹੈ ਹੁਣ ਦੇਖੋ ਕਿਹੜਾ ਵਿਆਪਾਰਿਆ ਇਹ ਇਹਦੇ ਵਿੱਚ ਹੀ ਦੇਖੋ ਕਿਹੜਾ ਵਿਆਪ ਸਭ ਤੋਂ ਵੱਧ ਵਾਰ ਆ ਰਿਹਾ ਹੈ ਬੀ ਅਧਿਆਪਕਾ ਜਿਹੜਾ ਸਭ ਤੋਂ ਵੱਧ ਵਿਸ਼ੇ ਪੜਾਉਂਦਾ ਹੈ 26ਵਾਂ ਮਾ ਜਵਾਬ ਕੀ ਆਏਗਾ ਬੀ 27ਵਾਂ ਕੁਐਸਚਨ 27ਵਾਂ ਕੁਐਸਚਨ ਕਹਿੰਦਾ ਦੋ ਤੋਂ ਅਧਿਕ ਵਿਸ਼ੇ ਨਹੀਂ ਦੋ ਤੋਂ ਅਧਿਕ ਅਧਿਆਪਕਾ ਜਿਹੜੇ ਉਹ ਕਿਹੜਾ ਵਿਸ਼ਾ ਪੜਾਉਂਦੇ ਨੇ ਦੋ ਤੋਂ ਅਧਿਕ ਅਧਿਆਪਕ ਹੁਣ ਜੇ ਆਪਾਂ ਹਿੰਦੀ ਲਈ ਦੇਖੀਏ ਏ ਤੇ ਬੀ ਵੀ ਹਿੰਦੀ ਪੜਾਉਂਦੇ ਨੇ ਤੇ ਡੀ ਵੀ ਹਿੰਦੀ ਪੜਾਉਂਦਾ ਏ ਤੇ ਬੀ ਵੀ ਹਿੰਦੀ ਪੜਾਉਂਦੇ ਨੇ ਇਹ ਲਿਖ ਲਓ ਏ ਬੀ ਵੀ ਪੜਾਉਂਦਾ ਡੀ ਵੀ ਪੜਾਉਂਦਾ ਹਿੰਦੀ ਪੜਾਉਂਦੇ ਨੇ ਇਹ ਤਿੰਨੇ ਤੇ ਐਵੇਂ ਆਪਾਂ ਇੰਗਲਿਸ਼ ਵਾਸਤੇ ਦੇਖ ਲਈਏ ਏ ਤੇ ਬੀ ਵੀ ਇੰਗਲਿਸ਼ ਪੜਾਉਂਦੇ ਨੇ ਤੇ ਸੀ ਵੀ ਕੀ ਹੈ ਇੰਗਲਿਸ਼ ਪੜਾਉਂਦਾ ਏ ਬੀ ਸੀ ਵੀ ਅੰਗਰੇਜ਼ੀ ਉਹਨੇ ਤਾਂ ਕਿਹੜੇ ਵਿਸ਼ੇ ਨੇ ਵੀ ਜਿਹੇ ਕਿਹੜੇ ਵਿਸ਼ੇ ਨੇ ਜਿਨ੍ਹਾਂ ਨੂੰ ਦੋ ਤੋਂ ਜ਼ਿਆਦਾ ਦੇ ਆਪ ਕੋਪੜੋਂ ਬਣੇ ਕਿਹੜੇ ਕਿਹੜੇ ਹੋਗੇ ਹਿੰਦੀ ਤੇ ਅੰਗਰੇਜ਼ੀ ਹਿੰਦੀ ਅਤੇ ਅੰਗਰੇਜ਼ੀ 27ਵੇਂ ਕੁਐਸਚਨ ਦਾ ਆਨਸਰ ਇਹ ਹੋਊਗਾ ਅਗੇ 28ਵਾਂ ਕੁਐਸਚਨ ਹੈਗਾ ਡੀ ਬੀ ਅਤੇ ਏ ਕਿਹੜਾ ਵਿਸ਼ਾ ਪੜ੍ਹਾਉਂਦੇ ਨੇ ਦੇਖੋ ਇੱਥੇ ਵੀ ਕਲੀਅਰ ਹੋ ਜਾਂਦਾ ਪਹਿਲਾਂ ਬਿ ਡਿਸਕਸ ਕਰਕੇ ਆਹਦੇ ਆ ਡੀ ਬੀ ਅਤੇ ਏ ਕਿਹੜਾ ਵਿਸ਼ਾ ਪੜ੍ਹਾਉਂਦੇ ਨੇ ਵੀ ਹਿੰਦੀ ਠੀਕ ਹੈ ਦੇਖੋ ਡੀ ਅਤੇ ਏ ਗਣਿਤ ਤਾਂ ਹਿੰਦੀ ਪੜਾਉਂਦੇ ਨੇ ਪਰ ਗਣਿਤਾ ਜਿਹੜਾ ਏ ਤੇ ਵੀ ਨਹੀਂ ਪੜਾਉਂਦੇ ਏ ਤੇ ਵੀ ਬਣਾਉਂਦੇ ਨੇ ਹਿੰਦੀ ਤਾਂ ਫਿਰ ਡੀ ਅਤੇ ਬੀ ਅਤੇ ਏ ਜਿਹੜਾ ਵੀ ਹੈ ਬਣਾਉਂਦੇ ਨੇ ਹਿੰਦੀ ਵਿਸ਼ਾ ਪੜਾਉਂਦੇ ਨੇ 29ਵਾਂ ਕੁਐਸਚਨ ਆਪਾਂ ਡਿਸਕਸ ਕਰਦੇ ਹਾਂ ਏ ਬੀ ਦਾ ਭਰਾ ਹੈ ਇਹ ਰਿਸ਼ਤਿਆਂ ਨਾਲ ਕੁਐਸਚਨ ਆ ਜਿਹੜਾ ਅਕਸਰ ਰੀਜਨਿੰਗ ਦੇ ਵਿੱਚ ਆਉਂਦਾ ਹੀ ਆਉਂਦਾ ਹੈ ਇਹ ਜ਼ਿਆਦਾ ਤੁਸੀਂ ਆਪਣੇ ਰਿਸ਼ਤੇ ਘਰ ਦੇ ਵਿੱਚ ਕਿਸੇ ਤੇ ਲਾ ਕੇ ਆਪਣੇ ਤੇ ਜਾਂ ਆਪਣੇ ਡੈਡੀ ਤੇ ਮਤਲਬ ਆਪਣੇ ਮੰਮੀ ਤੇ ਇਸ ਕਿਸੇ ਬ੍ਰਦਰ ਤੇ ਆਪਣੇ ਤੇ ਲਾ ਕੇ ਇਸ ਨੂੰ ਕੁਐਸਚਨ ਨੂੰ ਤੁਸੀਂ ਸੋਲਵ ਕਰ ਸਕਦੇ ਹੋ ਸਭ ਤੋਂ ਆਸਾਨ ਤਨ ਤਰੀਕਾ ਇਹ ਹੀ ਹੈ ਵੀ ਇਹਨੂੰ ਤੁਸੀਂ ਆਪਣੇ ਤੇ ਲਾਓ ਫਿਰ ਤੁਸੀਂ ਤੁਹਾਨੂੰ ਆਪ ਨੂੰ ਪਤਾ ਲੱਗ ਜੂ ਯਾਰ ਰਿਸ਼ਤੇਦਾਰੀ ਚ ਇਹ ਮੇਰਾ ਕੀ ਲੱਗਿਆ ਜਾਂ ਤੇਰੇ ਡੈਡੀ ਦਾ ਕੀ ਲੱਗਿਆ ਤੁਹਾਡੇ ਦਾ ਜਿਵੇਂ ਆਪਾਂ ਚਲੋ ਇਹਨੂੰ ਹੱਲ ਕਰਦੇ ਹਾਂ ਸਿੰਪਲ 29ਵਾਂ ਏ ਬੀ ਦਾ ਭਰਾ ਹੈ ਏ ਸੀ ਦਾ ਪੁੱਤਰ ਦੇਖੋ A ਤੇ B ਆ ਜਿਹੜੇ ਇੱਕ ਦੂਜੇ ਦੇ ਭਰਾ ਨੇ ਭੈਣ ਭਰਾ ਹੋ ਗਏ ਜਾਂ ਭਰਾ ਭਰਾ ਹੋ ਗਏ ਠੀਕ ਹੈ A C ਦਾ ਪੁੱਤਰ ਹੈ A C ਦਾ ਪੁੱਤਰ ਹੈ ਤਾਂ B ਵੀ C ਦਾ ਪੁੱਤਰੀ ਹੋ ਗਿਆ ਫਿਰ ਜਦ ਠੀਕ ਹੈ ਉਹਦਾ ਹੀ C ਦਾ ਵੀ ਹੋ ਗਿਆ ਉਹ ਮਤਲਬ ਠੀਕ ਹੈ C ਉਹਦਾ ਵੀ ਪਿਤਾ ਹੋ ਗਿਆ B ਦਾ ਵੀ D C ਦਾ ਪਿਤਾ ਹੈ D ਅਗੇ C ਦਾ ਵੀ ਪਿਤਾ ਹੈ ਠੀਕ ਹੈ ਪਹਿਲਾ A ਸੀ ਦਾ ਸੀ ਆ ਜਿਹੜਾ ਉਹ A ਦਾ ਪਿਤਾ ਸੀ ਤੇ ਹੁਣ D C ਦਾ ਵੀ ਪਿਤਾ ਹੋ ਗਿਆ B ਦਾ D ਨਾਲ ਕੀ ਰਿਸ਼ਤਾ ਹੈ B ਦਾ D ਨਾਲ ਉਹੀ ਰਿਸ਼ਤਾ ਹੈ ਜਿਹੜਾ A ਦਾ D ਨਾਲ ਹੈ A ਦਾ D ਨਾਲ ਕੀ ਹੈ ਵੀ ਉਹ A ਆ ਜਿਹੜਾ ਉਹ D ਦਾ ਕੀ ਹੈ ਪੁੱਤਰ ਹੈ ਦੇਖੋ ਪੁੱਤਰ ਆ ਨਾ C ਆ ਜਿਹੜਾ ਉਹ A ਦਾ ਪਿਤਾ ਹੋ ਗਿਆ ਤੇ D C ਦਾ ਵੀ ਪਿਤਾ ਹੋ ਗਿਆ ਤਾਂ ਪੋਤਾ ਹੋ ਗਿਆ ਨਾ ਉੱਪਰ ਦੀ ਉੱਪਰ ਏ ਜਦੋਂ ਡੀ ਦਾ ਪੋਤਾ ਤਾਂ ਬੀ ਵੀ ਕੀ ਹੈ ਡੀ ਦਾ ਕੀ ਹੈ ਪੋਤਾ ਹੋ ਗਿਆ ਤਾਂ ਇਹਦੇ ਲਈ ਕਿਹੜੀ ਆਪਸ਼ਨ ਸਹੀ ਹੈ ਦੂਜੀ ਆਪਸ਼ਨ ਇਹਦੇ ਲਈ ਸਹੀ ਹੈ ਬੀਬੀ ਆ ਜਿਹੜਾ ਉਹ ਡੀ ਦਾ ਕੀ ਹੈ ਪੁੱਤਰਾ ਹੈ ਤਾਂ ਅੱਜ ਦਾ ਅੱਜ ਦੇ ਸੈਸ਼ਨ ਦਾ ਆਪਾਂ ਲਾਸਟ ਕੁਐਸਚਨ ਡਿਸਕਸ ਕਰਨਾ ਹੈ ਦਿੱਤੀ ਗਈ ਗਿੱਟੀ ਦੇ ਚਿੱਤਰ ਅਨੁਸਾਰ ਪਾਸਾ 1 ਦੇ ਵਿਪਰੀਤ ਕਿਹੜਾ ਅੰਕ ਹੋਏਗਾ ਦੇਖੋ ਇਹ ਇਸ ਕੁਐਸਚਨ ਨੂੰ ਸਮਝਣ ਦਾ ਸਹੀ ਤਰੀਕਾ ਤਾਂ ਇਹ ਹੈ ਵੀ ਜੇ ਤੁਸੀਂ ਕੋਈ ਰੌਬੜ ਵਗੈਰਾ ਕੋਈ ਗਿੱਟੀ ਤੇ ਤੌਰ ਤੇ ਉਹਨੂੰ ਰੌਬੜ ਵਗੈਰਾ ਲਿਖ ਕੇ ਗਏ ਹੋ ਤਾਂ ਇਸ ਹਿਸਾਬ ਨਾਲ ਜਿਵੇਂ ਤੁਹਾਨੂੰ ਅੰਕ ਦਿੱਤੇ ਹੋਏ ਨੇ ਤੁਸੀਂ ਉਹਦੇ ਤੇ ਐਵੇਂ ਲਿਖ ਲਓ ਤੁਹਾਨੂੰ ਪਤਾ ਲੱਗ ਜੀ ਤੁਹਾਨੂੰ ਵੀ ਉਹਦੇ ਉਲਟਲੇ ਪਾਸੇ ਕਿਹੜਾ ਅੰਕ ਆਊਗਾ ਸਭ ਤੋਂ ਸੌਖਾ ਤਰੀਕਾ ਤਾਂ ਇਹਨੂੰ ਹੱਲ ਕਰਨ ਦਾ ਇਹੀ ਹੁੰਦਾ ਹੈ ਨਹੀਂ ਫਿਰ ਤੁਹਾਨੂੰ ਦਿਮਾਗ ਲੜਾਉਣਾ ਪਵੇਗਾ ਵੀ ਇਹਦੇ ਅਸਲ ਉੱਤਰ ਕਿਹੜਾ ਆ ਸਕਦਾ ਜਿਵੇਂ ਇੱਥੇ ਆ 1 ਦੇ ਪਾਸੇ 1 ਦੇ ਪਰਲੇ ਪਾਸੇ ਕਿਹੜਾ ਅੰਕ ਆਏਗਾ ਆਪਾਂ ਦੇਖਣਾ ਹੁਣ 1 ਦੇ ਪਰਲੇ ਪਾਸੇ ਕਿਹੜਾ ਆ ਸਕਦਾ 3 ਦੇ 5 1 ਦੇ ਪਰਲੇ ਪਾਸੇ ਨਹੀਂ ਆ ਆ ਸਕਦੇ ਕਿਉਂਕਿ ਉਹ ਉਹਦੇ ਸਾਈਡ ਤੇ ਪਏ ਨੇ ਹੁਣ 3 ਦੇ ਜਿਹੜਾ ਪਿਛਲੇ ਪਾਸੇ ਅੰਕ ਆ 3 ਦੇ ਪਰਲੇ ਪਾਸੇ ਇਧਰਲੇ ਪਾਸੇ ਜਿਹੜਾ ਅੰਕ ਆਊਗਾ ਉਹ 1 ਦੇ ਵਿਪਰੀਤ ਹੋਊਗਾ ਹੁਣ ਦੇਖੋ ਦੂਜੀ ਡਾਇਗਰਾਮ ਚ ਉਹਦੇ ਪਿਛਲੇ ਪਾਸੇ ਵਾਲਾ ਅੰਕ ਦਿਸ ਰਿਹਾ ਕਿਹੜਾ ਉਹ 4 ਹੈ ਕਿਉਂਕਿ 5 ਤਾਂ ਉਹਦੇ ਨਾਲ ਵਾਲਾ ਹੀ ਹੈ ਨਾ 5 ਤਾਂ ਇਧਰ ਲੱਗੇ ਹੀ ਹੋਇਆ ਤਦ ਪਿਛਲੇ ਪਾਸੇ ਵਾਲਾ ਅੰਕ ਕਿਹੜਾ ਹੈ 4 ਹੈ ਤਾਂ ਫਿਰ 1 ਦੇ ਵਿਪਰੀਤ ਅੰਕ ਕਿਹੜਾ ਆਏਗਾ 4 ਆਏਗਾ ਇਹ ਹੀ ਇਹਦੇ ਲਈ ਸਹੀ ਆਪਸ਼ਨ ਹੈ ਮਤਲਬ 1 ਦੇ ਵਿਪਰੀਤ ਅੰਕ ਕਿਹੜਾ ਹੋਏਗਾ 4 ਇਹਦੇ ਲਈ ਸਹੀ ਆਪਸ਼ਨ ਹੈ ਜੇਸੀ ਅੱਜ ਦਾ ਆਪਣਾ ਰੀਜਨਿੰਗ ਦਾ ਅਗਲਾ ਲੈਕਚਰ ਨੰਬਰ 2 ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਤਾਂ ਅਗਲੇ ਇਹਦੇ ਨਾਲ ਦੇ ਕੁਐਸਚਨ ਵੀ ਜੇ ਤੁਹਾਨੂੰ ਕਿਸੇ ਬੁੱਕ ਚੋਂ ਮਿਲਦੇ ਨੇ ਤਾਂ ਤੁਸੀਂ ਜ਼ਰੂਰ ਹੱਲ ਕਰਨੇ ਨੇ ਅਗਲਾ ਲੈਕਚਰ ਆਪਾਂ ਜਲਦ ਲੈ ਕੇ ਆਵਾਂਗੇ 31 ਤੋਂ ਅਗਲੇ ਕੁਐਸਚਨਾਂ ਤੱਕ ਤਦ ਤੱਕ ਲਈ ਮੇਰੇ ਵੱਲੋਂ ਸਾਰਿਆਂ ਨੂੰ ਧੰਨਵਾਦ ਲੈਕਚਰ ਸੁਣਨ ਲਈ ਤੇ ਇਸ ਨਾਲ ਦੇ ਕੁਐਸਚਨ ਤੁਸੀਂ ਹੱਲ ਕਰਨੇ ਵੀ ਹਨ ਧੰਨਵਾਦ ਤੁਹਾਡਾ ਸਾਰਿਆਂ ਦਾ